ਪਠਾਨਕੋਟ ਦੇ ਲੋਕਾਂ ਲਈ ਆਫਤ ਬਣਿਆ ਮੀਂਹ ਦਾ ਪਾਣੀ। ਔਰ ਇੰਨਾ ਕਾ ਪਾਣੀ ਮਤਲਬ ਤੇਜ਼ ਚੱਲਣ ਦਿਆ ਵੀ ਸਾਨੂੰ ਡਰ ਹੈ। ਔਰ ਪਿਛਲਾ ਪਾਣੀ ਵੀ ਜਿਹੜਾ ਵੀ ਮਮੂਨ ਦਾ ਜਿੰਨਾ ਵੀ ਪਾਣੀ ਆ ਸਾਡੇ ਪਿੱਛੇ ਘਰਾਂ ਨੂੰ ਧੱਕਾ ਲੱਗਿਆ ਹੋਇਆ। ਲਗਾਤਾਰ ਪੈ ਰਹੇ ਮੀਂਹ ਨੇ ਜਲ ਥਲ ਕੀਤਾ ਪਠਾਨਕੋਟ। ਡਲਹੌਜੀ ਬਾਈਪਾਸ ਦੇ ਇਲਾਕਿਆਂ ਵਿੱਚ ਲੋਕਾਂ ਦੇ ਘਰਾਂ ਵਿੱਚ ਵੜਿਆ ਮੀਂਹ ਦਾ ਪਾਣੀ। ਪਰੇਸ਼ਾਨ ਹੋਏ ਲੋਕਾਂ ਨੇ ਹਾਈਵੇ ਜਾਮ ਕਰਕੇ ਪ੍ਰਸ਼ਾਸਨ ਦਾ ਕੱਢਿਆ ਜਲੂਸ। ਤਸਵੀਰਾਂ ਪਠਾਨਕੋਟ ਦੀਆਂ ਨੇ ਜਿੱਥੇ ਬਰਸਾਤ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਲੋਕ ਦੁਖੀ ਨਜ਼ਰ ਆ ਰਹੇ ਨੇ ਕਿਉਂਕਿ ਲਗਾਤਾਰ ਪੈ ਰਹੇ ਮੀਂਹ ਨੇ ਲੋਕਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ। ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਅੰਦਰ ਜਾ ਵੜਿਆ ਜਿਸ ਤੋਂ ਬਾਅਦ ਇਹ ਲੋਕ ਮੁਸੀਬਤ ਵਿੱਚ ਘਿਰ ਗਏ। ਲੋਕਾਂ ਨੇ ਪਠਾਨਕੋਟ ਡਲਹੌਜ਼ੀ ਹਾਈਵੇ ਨੂੰ ਜਾਮ ਕਰ ਦਿੱਤਾ ਅਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਲੋਕਾਂ ਦੇ ਇਲਜ਼ਾਮ ਨੇ ਕਿ ਕਈ ਲੋਕਾਂ ਵੱਲੋਂ ਅੰਧਾਧੁੰਦ ਅਵੈਧ ਕਲੋਨੀਆਂ ਕੱਟ ਦਿੱਤੀਆਂ ਗਈਆਂ ਨੇ ਅਤੇ ਭੂ ਮਾਫੀਆ ਵੱਲੋਂ ਕਈ ਥਾਵਾਂ 'ਤੇ ਨਜਾਇਜ਼ ਕਬਜ਼ਾ ਕੀਤਾ ਗਿਆ ਹੈ ਅਤੇ ਬਰਸਾਤੀ ਨਾਲੇ ਬੰਦ ਕਰ ਦਿੱਤੇ ਗਏ ਨੇ। ਨਿਕਾਸੀ ਨਾ ਹੋਣ ਕਰਕੇ ਪਾਣੀ ਲੋਕਾਂ ਦੇ ਘਰਾਂ ਵਿੱਚ ਵੜਨਾ ਸ਼ੁਰੂ ਹੋ ਗਿਆ। ਲੋਕਾਂ ਦੇ ਇਲਜ਼ਾਮ ਨੇ ਕਿ ਉਹ ਇਸ ਦੀ ਸ਼ਿਕਾਇਤ ਪ੍ਰਸ਼ਾਸਨ ਨੂੰ ਕਰ ਚੁੱਕੇ ਨੇ ਪਰ ਹੁਣ ਤੱਕ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਸਾਡੀ ਸਮੱਸਿਆ ਇਹ ਆ ਜੀ, ਚੱਕੀ ਵੀ ਸਾਡੇ ਘਰਾਂ 'ਚ ਆ ਗਈ ਹੈ ਔਰ ਇੰਨਾ ਕੁ ਪਾਣੀ ਮਤਲਬ ਤੇਜ਼ ਚੱਲਣ ਦਿਆ ਵੀ ਸਾਨੂੰ ਡਰ ਹੈ। ਔਰ ਪਿਛਲਾ ਪਾਣੀ ਵੀ ਜਿਹੜਾ ਵੀ ਮਮੂਨ ਦਾ ਜਿੰਨਾ ਵੀ ਪਾਣੀ ਆ ਸਾਡੇ ਪਿੱਛੇ ਘਰਾਂ ਨੂੰ ਧੱਕਾ ਲੱਗਿਆ ਹੋਇਆ। ਸਾਡੇ ਘਰਾਂ ਦੇ ਵਿੱਚ ਬਹੁਤਾਂ ਨਹੀਂ ਤਾਂ ਲੱਖ ਲੱਖ ਪਾਣੀ ਹੈਗਾ, ਮਤਲਬ ਅੰਦਰਾਂ 'ਚ ਪਾਣੀ ਜ਼ਿਆਦਾ ਤਰੇ ਕਰਦੇ ਨਾ, ਸਾਰੇ ਬਿਸਤਰੇ ਤਰੇ ਕਰਦੇ, ਸਾਰਾ ਭਾਂਡਾ ਠੀਕ ਹੈ, ਪੂਰਾ ਤਰੇ ਕਰਦੇ ਆ। ਔਰ ਮੌਕੇ 'ਤੇ ਆ ਕੇ ਤੁਸੀਂ ਦੇਖ ਸਕਦੇ ਹੋ। ਅੱਜ ਇਹ ਕਰਨ ਦਿਆ ਵੀ ਅਸੀਂ ਅਮਿਤ ਵਿਜ ਨੂੰ ਵੀ ਬੁਲਾਇਆ ਸੀ ਤੇ ਉਹ ਵੀ ਕਹਿੰਦੇ ਤੁਹਾਡੀ ਸਮੱਸਿਆ ਦਾ ਹੱਲ ਹੋ ਜਾਊਗਾ, ਉਹ ਵੀ ਬੋਰਡ ਲੈ ਕੇ ਚਲੇ ਗਿਆ, ਉਹਨੇ ਸਾਰੀ ਸੁਣਵਾਈ ਨਹੀਂ ਕੀਤੀ। ਜੇ ਅਸੀਂ ਐਮ ਸੀ ਨੂੰ ਬੁਲਾਉਂਦੇ ਹਾਂ, ਐਮ ਸੀ ਵੀ ਮੌਕਾ ਦੇਖ ਕੇ ਚੱਲ ਜਾਂਦਾ, ਕਹਿੰਦਾ ਤੁਹਾਡਾ ਹੱਲ ਹੋ ਜਾਏਗਾ, ਵੀ ਫਿਲਹਾਲ ਕੋਈ ਸਾਡਾ ਹੱਲ ਨਹੀਂ ਹੋਇਆ। ਸਮੱਸਿਆ ਸਾਨੂੰ ਪਾਣੀ ਦੀ ਦੋਨਾਂ ਪਾਸੋਂ ਦੀ, ਉਧਰੋਂ ਸਾਡੀ ਚੱਕੀ ਰੋੜ ਕੇ ਲੈ ਜਾਈਏ, ਉਧਰੋਂ ਇੱਕੜਾ ਪਾਣੀ ਰੋੜ ਚੜਿਆ, ਅਸੀਂ ਵੇਖਦੇ ਭੁੱਖੇ ਪਾਣੀ, ਸਾਡੇ ਬੱਚੇ ਕਾਲਜਾਂ 'ਚ ਨਹੀਂ ਗਏ, ਕੰਮਾਂ ਕਾਰਾਂ 'ਚ ਨਹੀਂ ਗਏ, ਸਾਡਾ ਮਸਲਾ ਵੀ ਕੋਈ ਹੱਲ ਸਰਕਾਰ ਕਰੇ ਨਾ। ਪੰਜਾਬ ਸਰਕਾਰ ਉਹਦੀ ਸੁੱਤੀ ਨਹੀਂ ਹੈ, ਬੋਰਡ ਲੈਣ ਆ ਜਾਂਦੇ ਨੇ, ਸਾਡਾ ਮਸਲਾ ਨਹੀਂ ਕੋਈ ਹੱਲ ਕਰਦਾ। ਸਮੱਸਿਆ ਸਾਨੂੰ ਬਹੁਤ ਸਾਲ ਦੀ ਆ ਰਹੀ ਹੈ, ਦੀ ਮੰਗ ਆ ਸਾਡਾ ਪਾਣੀ ਦਾ ਮਸਲਾ ਹੱਲ ਹੋਣਾ ਚਾਹੀਦਾ ਦੋਨਾਂ ਪਾਸੋਂ। ਹੁਣ ਸਵਾਲ ਪ੍ਰਸ਼ਾਸਨ ਦੇ ਖੜਾ ਹੋ ਜਾਂਦਾ ਹੈ ਕਿ ਜਦ ਬਰਸਾਤੀ ਨਾਲਿਆਂ ਦੇ ਉੱਤੇ ਕਬਜ਼ਾ ਕੀਤਾ ਗਿਆ ਸੀ ਤਾਂ ਪ੍ਰਸ਼ਾਸਨਿਕ ਅਧਿਕਾਰੀ ਕੀ ਕਰ ਰਹੇ ਸਨ? ਸਾਡੀ ਬੜੀ ਪੁਰਾਣੀ ਸਮੱਸਿਆ ਹੈ, ਜਦੋਂ ਵੀ ਬਾਰਿਸ਼ ਆਉਂਦੀ ਹੈ ਲੋਕਾਂ ਦੇ ਘਰਾਂ 'ਚ 5-5, 6-6 ਫੁੱਟ ਪਾਣੀ ਵੜ ਜਾਂਦਾ। ਅਸੀਂ ਕਹਿ ਕੇ ਹਾਊਸ ਵੀ ਪਾਸ ਹੋਏ ਦੇ, ਨਾਲੇ ਵੀ ਪਾਸ ਹੋਏ ਦੇ, ਪਰ ਕੋਈ ਕੰਮ ਨਹੀਂ ਸ਼ੁਰੂ ਹੋ ਰਿਹਾ, ਆਸ਼ਵਾਸਨ ਹੀ ਮਿਲਦੇ ਜਾ ਰਹੇ ਆ। ਅੱਜ ਫਿਰ ਕੱਲ੍ਹ ਰਾਤ ਦੀ ਇੰਨੀ ਕੁ ਬਾਰਿਸ਼ ਹੋਈ ਹੈ, ਲੋਕਾਂ ਦੇ ਘਰ 6-6 ਫੁੱਟ 7-7 ਫੁੱਟ ਪਾਣੀ ਆ ਗਿਆ। ਲੋਕਾਂ ਨੇ ਸਮਾਨ ਆਪਣਾ, ਲੱਖਾਂ ਰੁਪਏ ਦਾ ਲੋਕਾਂ ਦਾ ਸਮਾਨ ਦਾ ਨੁਕਸਾਨ ਹੋ ਗਿਆ, ਬੱਚੇ ਸਕੂਲ ਨਹੀਂ ਜਾ ਪਾ ਰਹੇ, ਅਸੀਂ ਬੇਬਸ ਹੋ ਗਏ ਹਾਂ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਹਾਂ, ਜਿਹੜੀ ਇਹ ਸਾਡੀ ਉੱਤੇ ਸਮੱਸਿਆ ਗੰਭੀਰ, ਜਿਹੜੇ ਲੋਕਾਂ ਦੇ ਘਰਾਂ 'ਚ ਪਾਣੀ ਵੜਦਾ ਉਹ ਆ ਕੇ ਵੇਖਣ, ਇਹ ਧਰਨਾ ਹੁਣ ਤਾਂ ਹੀ ਚੁਕੋਏਗਾ ਜਦੋਂ ਪ੍ਰਸ਼ਾਸਨ ਇਸ 'ਤੇ ਕੰਮ ਸ਼ੁਰੂ ਕਰਵਾ ਦੇਗਾ। ਸਾਨੂੰ ਮਿੱਠੀ ਗੋਲੀ ਨਹੀਂ ਚਾਹੀਦੀ, ਸਾਨੂੰ ਆਸ਼ਵਾਸਨ ਵੀ ਨਹੀਂ ਚਾਹੀਦੇ, ਸਾਨੂੰ ਇਹ ਸਮੱਸਿਆ ਦਾ ਹੱਲ ਚਾਹੀਦਾ। ਉਹ ਕਿਸੇ ਤਰੀਕੇ ਨਾਲ ਕਰਨਾ, ਕਿੱਦਾਂ ਕਰਨਾ, ਉਹ ਪ੍ਰਸ਼ਾਸਨ ਜਾਣੇ। ਨਗਰ ਨਿਗਮ ਜਿਹੜਾ ਸਾਡਾ, ਉਹ ਵੀ ਪੂਰੀ ਤਰ੍ਹਾਂ ਜਿਹੜਾ ਸਿਸਟਮ ਉਹਦਾ ਫੇਲ ਹੋ ਗਿਆ, ਕੋਈ ਸਫਾਈ ਕਰਮਚਾਰੀਆਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ, ਨਾਲੇ ਕਾਗਜ਼ਾਂ 'ਚ ਹੀ ਸਾਫ ਹੋ ਰਹੇ ਆ, ਜ਼ਮੀਨੀ ਹਕੀਕਤ ਤੁਸੀਂ ਦੇਖ ਹੀ ਰਹੇ ਹੋ। ਅਤੇ ਮੈਂ ਤਾਂ ਬਸ ਇਹ ਕਹਾਂਗਾ ਵੀ ਕੋਈ ਰਾਜਨੀਤੀ ਨਹੀਂ ਸਾਡੀ, ਇਹ ਜਿਹੜੀ ਸਮੱਸਿਆ ਜਿਹੜੀ ਸਾਡੇ ਮੁਹੱਲਿਆਂ 'ਚ ਪਾਣੀ ਵੜ ਰਿਹਾ, ਘਰਾਂ 'ਚ ਪਾਣੀ ਵੜ ਰਿਹਾ, ਉਹਨੂੰ ਠੀਕ ਕਰੋ, ਜਿੱਦਾਂ ਕਰਨਾ ਠੀਕ ਕਰੋ, ਬਸ ਇਸ ਤੋਂ ਇਲਾਵਾ ਹੋਰ ਕੋਈ ਗੱਲ। ਸਾਨੂੰ ਤਾਂ ਇਹ ਕੰਮ ਚਾਹੀਦਾ ਹੈ, ਮੈਂ ਕਿਸੇ ਦੇ ਉੱਤੇ ਦੋਸ਼ਾਰੋਪਣ ਨਹੀਂ ਕਰਨਾ ਚਾਹੁੰਦਾ, ਨਾ ਆਪਣੀ ਸਰਕਾਰ 'ਤੇ ਨਾ ਕਿਸੇ ਹੋਰ ਸਰਕਾਰ 'ਤੇ, ਸਾਨੂੰ ਇਹ ਕੰਮਾਂ ਦਾ ਹੱਲ ਚਾਹੀਦਾ, ਅਸੀਂ ਰਾਜਨੀਤੀ ਨਹੀਂ ਕਰਨਾ ਚਾਹੁੰਦੇ। ਸਾਰੀਆਂ ਨਿਕਾਸੀਆਂ ਬੰਦ ਹੋਈ ਦੀਆਂ, ਕੂਲਾਂ ਦੇ ਉੱਤੇ ਇਨਕਰੋਚਮੈਂਟ ਹੋਈ ਦੀਆਂ, ਉਹਦੇ ਉੱਤੇ ਪ੍ਰਸ਼ਾਸਨ ਧਿਆਨ ਦੇ, ਪਾਣੀ ਦੀ ਜਦੋਂ ਤੱਕ ਨਿਕਾਸੀ ਨਹੀਂ ਹੋਏਗੀ। ਇਹ ਸਾਡਾ ਰਿਮੋਟਿਡ ਏਰੀਆ, ਪਿੰਡ ਸੀਗੇ ਸਾਰੇ, ਕਾਰਪੋਰੇਸ਼ਨ 'ਚ ਲੈ ਲਏ, ਟੈਕਸ ਵਾਸਤੇ ਤਾਂ ਰੋਜ਼ ਦੌੜਦੇ ਆ, ਰੋਜ਼ ਜਦੋਂ ਟੈਕਸ ਲੈਣ ਦਾ ਤੁਸੀਂ ਰਾਈਟ ਮੰਗਦੇ ਹੋ ਤਾਂ ਤੁਸੀਂ ਕੰਮ ਕਿੰਨੇ ਕਰਵਾਉਣੇ ਆ? ਨਾ ਇੱਥੇ ਸਟਰੀਟ ਲਾਈਟ ਦਿੱਤੀ ਹਾਲੇ ਤੱਕ, ਨਾ ਸੀਵਰੇਜ ਦਾ ਕੋਈ ਕੰਮ ਸ਼ੁਰੂ ਹੋਇਆ, ਨਾ ਨਾਲਿਆਂ ਦਾ। ਟੈਕਸ ਵਾਸਤੇ ਹਰ ਘਰ ਦੇ ਉੱਤੇ, ਕੰਧਾਂ ਦੇ ਉੱਤੇ ਇਹਨਾਂ ਨੇ ਨੰਬਰ ਲਾਤੇ ਆ, ਹਰ ਘਰ 'ਚ ਜਾ ਕੇ ਦੁਖੀ ਕਰਦੇ ਆ, ਹਰ ਦੁਕਾਨਦਾਰ ਨੂੰ ਜਾ ਕੇ ਦੁਖੀ ਕਰ ਰਹੇ। ਅੱਜ ਮੇਰੇ ਹਿਸਾਬ ਨਾਲ 300-400 ਘਰ ਪ੍ਰਭਾਵਿਤ ਹੋਇਆ। ਲੋਕਾਂ ਦੀ ਭੀੜ ਨੂੰ ਵੇਖ ਕੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਲੋਕਾਂ ਨੂੰ ਕਿਸੇ ਤਰ੍ਹਾਂ ਵਿਸ਼ਵਾਸ ਦਵਾ ਕੇ ਠੰਡਾ ਜ਼ਰੂਰ ਕਰ ਦਿੱਤਾ ਅਤੇ ਇਹ ਧਰਨਾ ਵੀ ਚੁਕਵਾ ਲਿਆ ਗਿਆ। ਨਗਰ ਨਿਗਮ ਵੱਲੋਂ ਇੱਥੇ ਮੈਂ
वार्ड नंबर 20 कल्याणी हॉस्पिटल से उसके सराउंडिंग एरिए आया मैं इतने इन्हें लोगों की प्रॉब्लम काफ़ी चिर तो पिछले साल भी प्रॉब्लम आई थी अं उदो भी कोई ये वास्ते किया जतन भी इन हो सके और नहीं हो सकया पिछले 5-7 दिन पहलों आई प्रॉब्लम अं उ कोई कच्चे नाले वास्ते प्रपोजल बनाई इतने भी उन्होंने दसे भी इतने भी सानू प्रॉब्लम फिर आ सकती वो आएगी रोड के नाल नाल लोगों की मलकीयत आ मैं एम सी साहब को भी बेनती की भी सानू तो ही लोगों को लगा के दे दो अं कच्चा नाला बना दीए फौरी तौर पर फिर उन्होंने पक्का करा दीए वो अजे तक अंडर प्रोसैस है इन्होंने वालों में नहीं हो के आ सकी तदन मीह आ गया एक लगे ने बाकी अज जरा इन्होंने जाम लाए वो वास्ते मैं इन्होंने कहा भी तुम ये जरा धरने चुको जड़िया मंगा ने अभी 7 दिन के लगभग शुरू कर देवे जे जे भी तेरे काम शुरू कर देवे पर इन्होंने सहयोग करना पैना लोकल वास ये कोई पहला मौका नहीं है जदों इस तरह की घटना वापरी हो बरसात तो बाद अक्सर पंजाब के किसी ना किसी हिस्से तो अजिही खबर सामने आ ही जाती है पर सवाल ज्यों दे त्यों ने कि जदों अजिहियां स्थितियां बनदियां ने तो उस तो पहला प्रशासन अते सरकार वालों क्यों नहीं निजिठिया जाता साढ़े हमने ध्यान च आया कि इतने उन्होंने जाम लाया मैं मानयोग डिप्टी कमिश्नर साहब ने इतने भेजा है मैं हुणे ये चैक करदा कि की प्रॉब्लम हैगी आ जो भी इन्हां दी प्रॉब्लम आ ये मानयोग डिप्टी साहब डीसी साहब दे ध्यान च लिया के पहल दे आधार ते हल करवाई जाएगी निकासी लई किथे किथे नाले ने कि उन्हां दे उत्ते किसे ने नजायज़ कब्जा तो नहीं किया कि ये नाले निकासी लई खुले ने जां बंद ने इन्हां दे उत्ते पहला गौर क्यों नहीं कीती जांदी जे इन्हां चीज़ां दे उत्ते गौर कीती जांदी है तो वह वोटां तो एक साल या 6 महीने पहला ही कीती जांदी है उस तो बाद तां फिर लोगों का रब ही राखा हुंदा है जिवें पठानकोट के लोगों का होया पठानकोट तो लवप्रीत सिंह पंजाबी लोक चैनल।